ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਮਲੀ ਦੀ ਖੱਟੀ ਮਿੱਠੀ ਖੰਡ ਵਾਲੀ ਚਟਨੀ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਗਿਓ ਅੱਜ ਆ ਜੋ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ ਅੱਜ ਆਪਾਂ ਜਿਹੜੀ ਆਪਣੀ ਖੱਟੀ ਇਮਲੀ ਹੁੰਦੀ ਓਦੀ ਆਪਾਂ ਮਿੱਠੀ ਚਟਨੀ ਬਣਾਵਾਂਗੇ ਆਪਾਂ ਇਹ ਖੰਡ ਵਾਲੀ ਬਣਾਵਾਂਗੇ ਹਨਾ ਅੱਧਾ ਕਿਲੋ ਇਹ ਇਮਲੀ ਸੀਗੀ ਓਵਰਨਾਈਟ ਮੈਂ ਭਿੰਦੀ ਹੈਨਾ ਓਵਰਨਾਈਟ ਭਿੰਨ ਤੇ ਨਾਲ ਸਾਰੀ ਇਹ ਐਂ ਜਿੱਦਾਂ ਇਹ ਸੌਫਟ ਹੋ ਗਈ ਹੈ ਹਨਾ ਇਹਨੂੰ ਹੁਣ ਚੰਗੀ ਤਰ੍ਹਾਂ ਇਦਾਂ ਹੱਥਾਂ ਨਾਲ ਮਸਲ ਕੇ ਇਹਨੂੰ ਆਪਾਂ ਪੈਨ ਦੇ ਵਿੱਚ ਛਾਣ ਲੈਣਾ ਚੰਗੀ ਤਰ੍ਹਾਂ ਇਹਨੂੰ ਹੱਥਾਂ ਦੇ ਨਾਲ ਇਹਦਾ ਚੰਗੀ ਤਰ੍ਹਾਂ ਇਹਨੂੰ ਹਨ ਮਸਲ ਲੈਣਾ ਅੱਧਾ ਕਿਲੋ ਸੀਗੀ ਆਪਣੀ ਇਮਲੀ ਇਹ ਓਨੀ ਹੀ ਆਪਾਂ ਖੰਡ ਪਾਉਣੀ ਹੈ ਦੇਚ ਗੋੜਣਾ ਵੀ ਬਣਾ ਸਕਦੇ ਆ ਖੰਡਾ ਬਣਾਵਾਂਗੇ ਆਪਾਂ ਛੋਟੀ ਛੋਟੀ ਇਹ ਮੈਂ ਤੋੜ ਕੇ ਬੋਲ ਦੇ ਵਿੱਚ ਪਾਲੇ ਸੀ ਫਿਰ ਉਹਨਾਂ 'ਕ ਪਾਣੀ ਪਾਉਣਾ ਜਿੰਨੇ ਚ ਇਹ ਉੱਤੇ ਤੱਕ ਭਿੱਜ ਜਾਵੇ ਐਨ ਚੰਗੀ ਤਰ੍ਹਾਂ ਚਾਹੇ ਗਰਮ ਪਾਣੀ ਨਾਲ ਭਿੰਦੇਓ ਚਾਹੇ ਨਾਰਮਲ ਨਾਲ ਭਿੰਦੇਓ ਜੇ ਉਦੋਂ ਹੀ ਕਰਨੀ ਆ ਤੇ ਥੋੜਾ ਜਿਹਾ ਗਰਮ ਪਾਣੀ ਚ ਭਿੰਦੇਓ ਜੇ ਓਵਰਨਾਈਟ ਭਿੰਕੇ ਰੱਖਣੀ ਆ ਫੇਰ ਨਾਰਮਲ ਪਾਣੀ ਚ ਭਿੰਦੇਓ ਤੁਸੀਂ ਫਿਰ ਐਨ ਸੌਫਟ ਹੋ ਜਾਂਦੀ ਹੈ ਜਿਹੜੇ ਪਤੀਲੇਜ ਬਣਾਉਣੀ ਆ ਉਹਦੇ ਛੱਪਾ ਇਦਾਂ ਛਾਨਣੀ ਰੱਖ ਲਈਆ ਇਹਨੂੰ ਛਾਨਣੀ ਦੇ ਨਾਲ ਇਦਾਂ ਧੋਂਦੀ ਆਪਾਂ ਪਾਉਣ ਲੈਣਾ ਇਹਨੂੰ ਹਣਾ ਕਿ ਜਿਹੜੇ ਆ ਬਾਦੂ ਟੱਕੇ ਟੱਕੇ ਜਿਹੜੇ ਸਾਰੇ ਬੀਜ ਜਿਹੜੇ ਆ ਸਾਰੇ ਇਹਦੇ ਚੋਂ ਨਿਕਲ ਜਾਣਗੇ ਹਨ ਇਹਨੂੰ ਨਾਲ ਨਾਲ ਹੀ ਤਾਂ ਹਲਾ ਕੇ ਘੁੱਟ ਘੁੱਟ ਕੇ ਇਹਨੂੰ ਇਦਾਂ ਨਿਚੋੜ ਦੇਣਾ ਹਨ ਫਿਰ ਥੋੜਾ ਜਿਹਾ ਪਾਣੀ ਹੋਰ ਪਾ ਕੇ ਫੇਰ ਦੁਬਾਰਾ ਦੂਜੀ ਵਾਰੀ ਕੱਢ ਲਵਾਂਗੇ ਇਹਨੂੰ ਇਦਾਂ ਘੁੱਟ ਕੇ ਆਣ ਪਾਣੀ ਕੱਢ ਕੇ ਦਾ ਨਿਚੋੜ ਲੈਣਾ ਨੂੰ ਸਵਾਰ ਕੇ ਆਪਾਂ ਨਿਚੋੜ ਕੇ ਉਹਦੇ ਚੋਂ ਕੱਢ ਲਿਆ ਥੋੜਾ ਜਿਹਾ ਇਹਦੇ ਚ ਪਾਣੀ ਆਪਾਂ ਅੱਧਾ ਕੱਪ ਹੋਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਹੋਰ ਆਪਾਂ ਮਸਲ ਦੇਵਾਂਗੇ ਹਨ ਅੱਧਾ ਕੱਪ ਪਾਇਆ ਪਾਣੀ ਦਾ ਇਹਨੂੰ ਹੁਣ ਇਦਾਂ ਚੰਗੀ ਤਰ੍ਹਾਂ ਬੀਜੇ ਦੇ ਕੱਢ ਦੇਣੇ ਲੋਕ ਹੁਣ ਐਨ ਕੱਲੇ ਕੱਲੇ ਹੁੰਦੇ ਹਨ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਦਾ ਘੁੱਟ ਕੇ ਫਿਰ ਨੀਰੇ ਚ ਦੁਬਾਰਾ ਪਾਣੀ ਪਾਉਣ ਦੀ ਲੋੜ ਹੈਗੀ ਆਪਾਂ ਸਾਰਾ ਇਮਲੀ ਦਾ ਪਾਣੀ ਜਿਹੜਾ ਛਾਣ ਕੇ ਕੱਢ ਲਿਆ ਆ ਹੁਣ ਲੋਕ ਇਹਦੇ ਬੀਜ ਬੂਜੇ ਬਚੇ ਹੁਣ ਇਹਨਾਂ ਚ ਕੁਝ ਨਹੀਂ ਨਿਕਲਣਾ ਹੈਗਾ ਹੁਣ ਦੋਦੇ ਫੋਕੜ ਹੀ ਆ ਇਹ ਧਾਗੇ ਧੁੱਗੇ ਜਿਹੇ ਜੋ ਇਹਦੇ ਬੀਜ ਹੈ ਹਨ ਹੁਣ ਇਹਨਾਂ ਆਪਾਂ ਗੈਸ ਤੇ ਰੱਖਦੇ ਆ ਗੈਸ ਮੈਂ ਇਹਦਾ ਔਨ ਕਰ ਲਿਆ ਇਹਨੂੰ ਆਪਾਂ ਰੱਖਤਾ ਗੈਸ ਤੇ ਇਹਨੂੰ ਆਪਾਂ ਸਾਰੀ ਨੂੰ ਹਿਲਾ ਦੇਣਾ ਚੰਗੀ ਤਰ੍ਹਾਂ ਪਹਿਲਾਂ ਨੀ ਜਿੱਦਾਂ ਜ਼ਿਆਦਾ ਪ ਜਿੰਨਾਂ ਕ ਡੁੱਬ ਦੀ ਡੁੱਬ ਦੀ ਕਰਕੇ ਓਨਾਂ ਕ ਪਾਣੀ ਭੇੜਾ ਹਨ ਤੇ ਪਾਣੀ ਪਾ ਪਾ ਕੇ ਝੋਪਲਕ ਜਿਹੜਾ ਆ ਉਹ ਕੱਢਣਾ ਹੈ ਹਨ ਜੇ ਪਹਿਲੇ ਜਿਆਦੇ ਪਾਣੀ ਪਾ ਦਵਾਂਗੇ ਫਿਰ ਉਹ ਜਿਆਦੇ ਪਤਲੀ ਪਤਲੀ ਪਹਿਲੇ ਬਣ ਜਾਣੀ ਹਨ ਕਰਕੇ ਦੋ ਪਾਣੀ ਕੱਢਣੇ ਪੈਂਦੇ ਆ ਤਾਂ ਫਿਰ ਉਹ ਬੀਜ ਸਾਰੇ ਆ ਨਿਕਲਦੇ ਹਨ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾ ਲੈਣੀ ਆ ਇਹ ਚ ਵਾਈਟੇ ਸ਼ੂਗਰ ਪਾ ਦੇਣੀ ਆ ਆਪਾਂ ਜਿਹੜਾ ਆਪਣਾ ਕਿਲੋ ਵਾਲਾ ਪੈਕ ਹੁੰਦਾ ਆ ਆਪਾਂ ਅੱਧਾ ਇਹਦੇ ਚ ਪਾ ਦੇਣਾ ਠੀਕ ਹੈ ਅੱਧਾ ਕਿਲੋ ਹੀ ਇਮਲੀ ਸੀਗੀ ਮੇਰੀ ਇਹ ਤੇ ਅੱਧਾ ਪੈਕਟ ਆਪਾਂ ਇਹਦੇ ਚ ਵਾਈਟ 슈ગર ਜਿਹੜੀ ਆ ਉਹ ਪਾ ਦੇਣੀ ਐ ਇੰਨਾ ਖਾਫਕ ਰੱਖ ਲਿਆ ਆਪਾਂ ਇਹ ਚ ਨਾਲ ਨਾਲ ਆਪਣੀ ਖੰਡ ਰਹਿ ਜਾਣੀ ਐ ਨਾਲ ਨਾਲ ਚਟਨੀ ਰਹਿ ਜਾਣੀ ਐ ਘਰੇ ਬਣਾਓ ਬੈਰੀ ਨਾਈਸ ਬਣਦੀ ਐ ਗੋੜ ਵਾਲੀ ਆਪਾਂ ਅੱਗੇ ਤੁਹਾਡਾ ਨਾਲ ਸ਼ੇਅਰ ਕੀਤੀ ਹੋਈ ਐ ਹੁਣ ਆਪਾਂ ਇਹ ਖੰਡ ਵਾਲੀ ਬਣਾਈ ਐ ਜੇ ਇਮਲੀ ਤੁਹਾਡੀ ਜਾਦੇ ਖੱਟੀ ਆ ਫੇਰ ਤੁਸੀਂ 슈ગર ਵੱਧ ਵੀ ਪਾ ਸਕਦੇ ਆ ਇਮਲੀ ਇਹ ਇੰਨੀ ਖੱਟੀ ਨਹੀਂ ਸੀਗੀ ਕਰਕੇ ਅੱਧੇ ਪੈਕ ਨਾਲ ਹੀ ਮੇਨ ਲੱਗਦਾ ਠੀਕ ਹੋ ਜਾਣੀ ਐ ਜਿਹਦਾ ਟੇਸਟ ਕਰਕੇ ਤੁਸੀਂ ਵਿੱਚੋਂ ਦੇਖ ਸਕਦੇ ਹੋ ਨਾ ਇਹਨੂੰ ਹੁਣ ਆਪਾਂ ਮੀਡੀਅਮ ਹਾਈ ਤੇ ਰਿਜਨਲੇ ਰੱਖ ਦੇਣਾ ਨਾਲੇ ਜਿਹੜੇ ਆਪਾਂ ਮਸਾਲੇ ਇਹਦੇ ਚ ਪਾਉਣੇ ਆ ਨਾਲੇ ਮਸਾਲੇ ਪਾ ਦੇਣੇ ਆ ਤੇ ਵੈਰੀ ਨਾਈਸ ਆਪਣੀ ਜਿਹੜੀ ਆ ਵਿਆਹ ਸ਼ਾਦੀ ਤੇ ਜਿਹੜੀ ਆ ਪਖਾਈ ਦੀ ਆ ਇਮਲੀ ਦੀ ਚਟਣੀ ਮਿੱਠੀ ਉਹ ਬਣ ਜਾਣੀ ਆ ਹਲਾਏ ਤੇ ਥੋੜੀ ਥੱਕ ਲੱਗਦੀ ਹੈ ਕਰਕੇ ਹਜੇ ਰਿਜਣੀ ਵੀ ਆ ਤੇ ਆਪਾਂ ਅੱਧਾ ਕੱਪੇ ਦੇ ਚ ਪਾਣੀ ਦਾ ਹੋਰ ਐਡ ਕਰ ਲੈਂਦੇ ਆ 2-3 ਕੱਪ ਆਪਣੇ ਪਾਣੀ ਦੇ ਹੋ ਗਏ ਅੱਧਾ ਕਿਲੋ ਇਮਲੀ ਦੇ ਵਿੱਚ ਦੇਖ ਲੈਣੀ ਆ ਜੇ ਜ਼ਿਆਦਾ ਥੱਕ ਲੱਗਦੀ ਆ ਤਾਂ ਪਾ ਦਿਓ ਜੇ ਨਹੀਂ ਲੱਗਦੀ ਤਾਂ ਰਹਿਣ ਵੀ ਸਕਦੇ ਆ 1 tsp ਪਾਇਆ ਮੈਰਿਚ 1 tbsp ਬਲੈਕ ਸੌਲਟ ਕਾਲਾ ਲੂਣ ਪਾਇਆ ਹੈ ਰਿਚ 1 टीस्पून ਪਾਇਆ ਆਪਾਂ ਵਾਈਟ ਸਾਲਟ ਕਰਕੇ ਫੇ ਇੱਕ ਚਮਚਾ ਹੋ ਗਿਆ ਹਨਾ ਇੱਕ ਇੱਕ टीस्पून ਦਾ ਇੱਕ ਚਮਚਾ ਹੋ ਗਿਆ ਵੱਡਾ ਬਾਕੀ ਦੇਖ ਲੈਣਾ ਟੇਸਟ ਕਰਕੇ ਲੂਣ ਜੇ ਘੱਟ ਲੱਗੇ ਤਾਂ ਆਪਾਂ ਹੋਰ ਵੀ ਪਾ ਸਕਦੇ ਹਨਾ 1 ਟੇਬਲस्पून ਪਾਇਆ ਦੇਗੀ ਮਿਰਚ ਲਾਲ ਮਿਰਚ ਨਹੀਂ ਹੁੰਦਾ ਪਾਈ ਮੈਂ ਦੇਗੀ ਮਿਰਚ ਪਾਈ ਆ ਇਹਦਾ ਜਿਹੜਾ ਟੇਸਟ ਇਹਦਾ ਕਲਰ ਜਿਹੜਾ ਇਹਦੇ ਨਾਲ ਲਾਲ ਲਾਲ ਹੋ ਜਾਊਗਾ ਹਨਾ ਮਿਕਸ ਕਰੀ ਜਾਣਾ ਨਾਲ ਨਾਲ ਸਮਾਨ ਆਪਾਂ 1 टीस्पून ਪਾਇਆ ਆਪਾਂ ਇਹਦੇ ਵਿੱਚ ਪੁੱਜਿਆ ਹੋਇਆ ਜੀਰਾ 1 टीस्पून ਗਰਮ ਮਸਾਲਾ ਇਹਨੂੰ ਆਪਾਂ ਮਿਕਸ ਕਰ ਦੇਣਾ 1 टीस्पून ਪਾਇਆ ਆਪਾਂ ਇਹਦੇ ਚ ਸੁੱਕਾ ਡਰਾਈ ਪਾਊਡਰ ਜਿਹੜਾ ਹੁੰਦਾ ਹੈ ਜਿੰਜਰ ਪਾਊਡਰ ਹਨਾ ਜਿੰਜਰ ਪਾਊਡਰ ਪਾਇਆ ਆਪਾਂ ਇਹਦੇ ਚ ਖੱਟੀ ਮਿੱਠੀ ਬਹੁਤ ਸੋਹਣੀ ਟੇਸਟ ਜਿਹਦਾ ਬਣਦਾ ਹੈ ਤੇ ਲਾਸਟ ਦੇ ਵਿੱਚ ਪਾਵਾਂਗੇ ਆਪਾਂ ਇਹਦੇ ਚ ਕਾਲੀ ਮਿਰਚ ਦਾ ਪਾਊਡਰ ਪੀਸੀ ਹੋਈ ਨਹੀਂ ਪੀਸੀ ਹੈਗੀ ਤਾਂ ਉਹਨੂੰ ਪਾਊਡਰ ਬਣਾ ਲਓ ਹੁਣ ਇਹਨੂੰ ਆਪਾਂ ਰੰਨਾਂਗੇ ਐਨ ਠੇਖ ਹੋਣ ਤੱਕ ਇਹਨੂੰ 15-20 ਮਿੰਟ ਐਨ ਹੁਣ ਮੈਂ ਹਾਈ ਗੈਸ ਕਰ ਦਿੱਤਾ ਇਹਦਾ ਇਹਨੂੰ ਚੰਗੀ ਤਰ੍ਹਾਂ ਉਬਾਲੇ ਦੇਵਾਂਗੇ ਨਾਲ-ਨਾਲ ਇਹਨੂੰ ਹਿਲਾਉਂਦੇ ਰਹਿਣਾ ਆ ਬਈ ਜਿਹੜੇ ਮਸਾਲੇ ਪਾਏ ਆਪਣੇ ਥੱਲੇ ਨਾ ਲੱਗ ਜਾਣ ਹਨਾ ਜਾਂ ਉਹਨਾਂ ਦੀਆਂ ਗੱਠੀਆਂ ਨਾ ਬੱਝੀਆਂ ਹੋਣ ਐਨ ਚੰਗੀ ਤਰ੍ਹਾਂ ਇਹਨੂੰ ਹਲਾ ਦੇਣਾ ਰਿਜਣੀ ਸ਼ੁਰੂ ਹੋ ਚਲੀ ਐ इमਲੀ ਆਪਾਂ ਰੱਖੀ ਜਿਹੜੀ ਇਹ ਛਾਣ ਤੁਸੀਂ ਚਮਚੇ ਤੇ ਪਾ ਕੇ ਲੂਣ ਮਿਰਚੇ ਵਿੱਚ ਦੇਖ ਸਕਦੇ ਆ ਤੇ ਮੈਨੂੰ ਖੰਡ ਥੋੜੀ ਜਿਹੀ ਇਹਦੇ ਵਿੱਚ ਘੱਟ ਲੱਗੀ ਆ ਖੱਟੀ ਲੱਗੀ ਹਨਾ ਥੋੜੀ ਜਿਹੀ ਮੈਨੂੰ ਤੇ ਆਪਾਂ ਇਹਦੇ ਵਿੱਚ ਵੱਡਾ ਜਿਹੜਾ ਟੇਬਲस्पून ਆਪਣਾ ਸਰਵ ਕਰਨ ਵਾਲਾ ਹੁੰਦਾ 2 ਟੇਬਲ ਇਹਦੇ ਵਿੱਚ ਪਾ ਦਵਾਂਗੇ ਚੈੱਕ ਕਰ ਲੈਣਾ ਜੇ ਲੂਣ ਮਿਰਚ ਤੁਹਾਨੂੰ ਘੱਟ ਲੱਗਦਾ ਹੈ ਤੋ ਉਹ ਹੁਣ ਤੁਸੀਂ ਪਾ ਦੇਣਾ ਫਿਰ ਨਾਲ ਜਿਹਦਾ ਸਾਰੇ ਇਕਦਮ ਸਾਰੇ ਰੈਜਜ ਹੋ ਗਈ ਹੈ ਨਾ ਤੇ ਹੁਣ ਆਪਾਂ ਬਣਾਈ ਹੈ ਖੰਡ ਵਾਲੀ ਅੱਧਾ ਖੰਡ ਤੇ ਅੱਧੀ ਗੋੜੀ ਪਾ ਸਕਦੇ ਹਾਂ ਇਹਨੂੰ ਬਣਾ ਕੇ ਠੰਡੀ ਕਰਕੇ ਫਰਿੱਜ ਦੇ ਵਿੱਚ ਭਾਵੇਂ ਇਹਨੂੰ ਤੁਸੀਂ 2 ਸਾਲ ਰੱਖੋ ਖਰਾਬ ਨਹੀਂ ਹੋਊਗੀ ਐਨ ਹੁਣ ਰਿਜੇ ਪੈ ਗਈ ਹੈ ਇਹਨੂੰ ਹੁਣ ਆਪਾਂ ਅੱਧਾ ਪੌਣਾ ਘੰਟਾ ਚੰਗੀ ਤਰ੍ਹਾਂ ਇਹਨੂੰ ਰਿੰਨਾਗੇ ਥੋੜੀ ਜਿਹੀ ਥਿੱਕ ਹੋ ਜਵੇ ਤਾਂ ਫਿਰ ਆਪਾਂ ਇਹਨੂੰ ਠੰਡੀ ਕਰਕੇ ਤੁਸੀਂ ਚਾਹੇ ਚ ਫਰੂਟ ਮਗਜ ਸੌਗੀ ਜੋ ਵੀ ਪਾਉਣਾ ਚ ਜੇ ਤੱਕ ਲੰਬੇ ਟਾਈਮ ਲਈ ਰੱਖਣੀ ਹੈ ਫੇਰ ਤਾਂ ਇਹ ਵਿੱਚ ਪਾਉਣਾ ਹਨਾ ਜਦ ਪ੍ਰਾਉਣੇ ਆਉਂਦੇ ਆ ਥੋੜੀ ਜੀ ਕੱਢ ਲੋ ਉਹ ਚੋਂ ਤੇ ਮੱਗ ਤੇ ਸੌਗੀ ਭੁੰਨ ਕੇ ਮੜ ਜੇ ਵਿੱਚ ਪਾ ਦਿਓ ਵਿੱਚ ਕੇ ਬਨਾਣਾ ਪਾ ਦਿਓ ਅੰਗੂਰ ਪਾ ਦਿਓ ਫਰੂਟ ਵਾਲੀ ਬਹੁਤ ਸੁਣੀ ਬਣ ਜਾਂਦੀ ਜੇ ਸਾਰੀ ਚ ਪਾ ਕੇ ਰੱਖੋਗੇ ਤਾਂ ਫਿਰ ਉਹ ਖਰਾਬ ਹੋ ਜਾਂਦੀ ਛੇਤੀ ਹਨਾ ਸਾਰੀ ਪਲੇਨ ਹੀ ਇਦਾਂ ਰਹਿ ਜਾਂਦੀ ਹੈ ਕਾਫੀ ਟਾਈਮ ਲੰਬੇ ਸਮੇਂ ਤੱਕ ਆਪਣੀ ਚਟਨੀ ਰੈਚੀ ਨੂੰ ਪੌਣਾ ਘੰਟਾ ਹੋ ਗਿਆ ਮੀਡੀਅਮ ਹਾਈ ਤੇ ਸੀਗੀ ਹੁਣ ਠਿੱਕ ਹੋ ਗਈ ਆ ਧੀਂ ਧੀਨਾ ਘਰਸੀ ਦੇ ਨਾਲ ਹੁਣ ਮੇਰੇ ਚਲੂਨ ਮਿਰਚ ਵੀ ਸਾਰਾ ਕੁਝ ਦੇਖ ਲਿਆ ਹੁਣ ਇਹਨੂੰ ਠੰਡੀ ਕਰਕੇ ਸਪਰੇਟਿੰਗ ਕਰਕੇ ਦਿਖਾਉਂਗੀ ਹੁਣ ਇਹਨੂੰ ਆਪਾਂ ਬੰਦ ਕਰ ਦੇਣ ਗੈਸ ਠੰਡੀ ਹੋਣ ਲਈ ਰੱਖ ਦੇਣਾ ਲਓ ਜੀ ਆਪਣੀ ਚਟਣੀ ਜਿਹੜੀ ਆ ਐਨ ਠੰਡੀ ਹੋ ਗਈ ਆ ਹੁਣ ਠਿੱਕ ਹੋ ਗਈ ਨਾ ਠੰਡੀ ਹੋ ਕੇ ਹੋਰ ਠਿੱਕ ਹੋਵੇ ਹੈਨਾ ਇਹਨੂੰ ਆਪਾਂ ਦੱਸਾਂਗੇ ਤੁਹਾਨੂੰ ਕਿੱਦਾਂ ਇਹਦੇ ਵਿੱਚ ਆਪਾਂ ਮਾਗਜ ਪਾਉਣੇ ਸਾਰੀ ਦੇ ਵਿੱਚ ਨਹੀਂ ਆਪਾਂ ਮਾਗਜ ਪਾਉਣੇ ਹੈਗੇ ਆਪਾਂ ਕੋਈ ਵੀ ਬੋਤਲ ਤੁਸੀਂ ਕੱਚ ਦੀ ਲੈ ਲਓ ਚਾਹੇ ਤੁਸੀਂ ਪਲਾਸਟਿਕ ਦੀ ਲੈ ਲਓ ਮੈਂ ਇਦਾਂ ਬੋਤਲ ਇੱਕ ਐਨ ਧੋਸਵਾਰ ਲਈ ਆਪਾਂ ਇਹਦੇ ਵਿੱਚ ਕੱਢ ਦੇਣੀ ਹੈ ਇਹਨੂੰ ਹੁਣ ਆਪਾਂ ਇਦਾਂ ਬੋਤਲ ਵਿੱਚ ਕੱਢ ਲਿਆ ਲੱਕਣੇ ਦਾ ਜਿਹੜਾ ਆ ਘਟਕੇ ਬੰਦ ਕਰ ਦੇਣਾ ਤੇ ਇਹਨੂੰ ਏਦੇ ਫਰਿੱਜ ਦੇ ਵਿੱਚ ਤੁਸੀਂ ਸਾਲ ਭਰ ਤੱਕ ਰੱਖ ਸਕਦੇ ਹਨ ਖਰਾਬ ਨਹੀਂ ਹੋਣੀ ਜਦੋਂ ਵਰਤਣੀ ਆ ਥੋੜੀ ਜੀ ਕੱਢ ਕੇ ਵਰਤ ਲਓ ਬਾਕੀ ਦੀ ਰਹਿਣ ਦਿਓ ਵਿੱਚ ਆਪਾਂ ਬੋਤਲ ਦੇ ਵਿੱਚ ਕੱਢ ਲਈਏ ਜਿਹੜੀ ਵਿੱਚ ਬਾਕੀ ਚ ਮਗਜ ਪਾਉਣੇ ਆ ਉਹ ਹੁਣ ਮੈਂ ਤੁਹਾਨੂੰ ਦੱਸਦੀ ਆ ਮਗਜ ਆਪਾਂ ਕਿੱਦਾਂ ਪਾਉਣੇ ਪੁੰਨ ਕੇ ਹਨ ਇੱਕ ਪੈਨ ਦੇ ਵਿੱਚ ਮੈਂ 1 ਟੇਬਲस्पून ਮਗਜ ਰਏ ਤੇ ਆਪਾਂ ਗੈਸ ਬਾਲ ਕੇ ਰਨ ਮਾੜੀ ਜਿਹੀ ਰੋਸਟ ਕਰ ਲੈਨੇ ਮਗਜ ਦੇ ਨਾਲ ਆਪਾਂ ਹਨ ਇੱਕ ਵੱਡਾ ਚਮਚਾ ਸੌਹੀ ਲਈਆ ਇਹ ਮੈਂ ਤੋਸ ਵਰਕੇ ਡਰਾਈ ਕਰ ਲਈ ਹੈ ਸੁੱਕੀ ਹੋਈ ਆਪਾਂ ਇਹਦੇ ਏਦਾਂ ਮੜ ਜੀ ਰੋਸਟ ਕਰ ਲੈਣੀ ਆ ਇਹ ਫੁੱਲ ਜਾਣੀ ਆ ਇਹਦੇ ਸੌਗੀ ਵੀ ਆਪਣੀ ਫੁੱਲ ਗਈ ਆ ਤੇ ਆਪਣੇ ਮਗਜ ਵੀ ਹੋ ਗਏ ਹੁਣ ਆਪਾਂ ਇਹਨੂੰ ਕੋਲੀ ਚ ਪਾਉਨੇ ਆ ਮੈਂ ਇਦਾਂ ਵੱਡੇ ਬੋਲ ਦੇ ਵਿੱਚ ਕੱਢ ਲਈਏ ਇਹ ਜਿਹਦਾ ਸੌਗੀ ਪਾਈ ਹੋਈ ਤੇ ਮਗਜ ਪਾਏ ਹੋਏ ਦੋ ਕੁ ਵੀਕ ਤਾਂ ਕੱਢ ਜੂਗੀ ਵੀਕ ਦੋ ਵੀਕ ਨੂੰ ਜਿਆਦਾ ਲੰਬਾ ਚਿਰ ਨਹੀਂ ਰੱਖ ਸਕਦੇ ਇਹਨੂੰ ਆਪਾਂ ਤੇ ਇਹਨੂੰ ਆਪਾਂ ਇਦਾਂ ਉੱਪਰ ਪਾ ਦਵਾਂਗੇ ਜੇ ਤੁਸੀਂ ਬਨਾਣਾ ਪਾਉਣਾ ਚਾਹੁੰਦੇ ਆ ਤੇ ਬਨਾਣਾ ਵੀ ਪਾ ਸਕਦੇ ਆ ਕੱਟ ਕੇ ਇਦਾਂ ਆਪਣੀ ਈਮਲੀ ਵਾਲੀ ਖੱਟੀ ਮਿੱਠੀ ਚਟਨੀ ਜਿਹੜੀ ਆ ਰੈਡੀ ਹੋ ਗਈ ਆ ਤੁਸੀਂ ਵੀ ਦੇਖਿਓ ਬਣਾ ਕੇ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਥੈਂਕ ਯੂ